ਬਾਹਰ ਕੱਢ ਲੈ ਜਿਵੇਂ ਉਹ ਤਾਂ ਮਰ ਗਿਆ, ਦੂਆ ਬੰਦਾ ਤਾਂ ਮਰ ਗਿਆ ਯਾਰ। ਸਕਾਰਪੀਓ ਤੇ ਟੈਕਸੀ ਵਿਚਾਲੇ ਜ਼ਬਰਦਸਤ ਟੱਕਰ ਹੋਈ ਜਿਸ ਕਾਰਨ ਕਬੱਡੀ ਦੇ ਖਿਡਾਰੀ ਦੀ ਸੜਕ ਹਾਦਸੇ ਦੇ ਵਿੱਚ ਮੌਤ ਹੋ ਗਈ ਹੈ। ਇਹ ਨੌਜਵਾਨ ਕਬੱਡੀ ਦਾ ਨੈਸ਼ਨਲ ਖਿਡਾਰੀ ਸੀ ਜਿਸ ਦੀ ਦੇਰ ਰਾਤ ਭਿਆਨਕ ਸੜਕ ਹਾਦਸੇ ਦੇ ਵਿੱਚ ਮੌਤ ਹੋਈ ਹੈ। ਇਹ ਭਿਆਨਕ ਸੜਕ ਹਾਦਸਾ ਮੋਹਾਲੀ ਦੇ ਸੈਕਟਰ 79 ਦੇ ਕੋਲ ਦੇਰ ਰਾਤ ਕਰੀਬ 2 ਵਜੇ ਵਾਪਰਿਆ। ਇਸ ਹਾਦਸੇ ਤੋਂ ਬਾਅਦ ਨੌਜਵਾਨ ਨੂੰ ਜ਼ਖਮੀ ਹਾਲਤ ਦੇ ਵਿੱਚ ਹਸਪਤਾਲ ਲਿਆਂਦਾ ਗਿਆ, ਪਰ ਉਸਦੀ ਮੌਤ ਹੋ ਚੁੱਕੀ ਸੀ। ਹਾਲਾਂਕਿ ਜਿੱਥੇ ਸਕਾਰਪੀਓ ਸਵਾਰ ਨੂੰ ਆਪਣੀ ਜਾਨ ਤੋਂ ਇਸ ਹਾਦਸੇ ਦੇ ਵਿੱਚ ਹੱਥ ਧੋਣੇ ਪਏ ਤਾਂ ਦੂਜੇ ਪਾਸੇ ਟੈਕਸੀ ਦਾ ਵੀ ਕਾਫੀ ਨੁਕਸਾਨ ਹੋਇਆ। ਲੋਕਾਂ ਦਾ ਕਹਿਣਾ ਹੈ ਕਿ ਇਹ ਤੇਜ਼ ਰਫ਼ਤਾਰੀ ਦੇ ਕਾਰਨ ਘਟਨਾ ਵਾਪਰੀ ਹੈ। ਵਿਚਾਲੀ ਖੋਲ ਲੋ, ਵਾਹਿਗੁਰੂ ਸੱਚੇ ਪਾਤਸ਼ਾਹ। ਉਹ ਕੱਢ ਲੈ ਜਿਵੇਂ ਬਾਹਰ ਕੱਢ, ਜਿਵੇਂ ਬਾਹਰ ਕੱਢ ਲੈ, ਉਹ ਬਾਹਰ ਕੱਢ ਲੈ ਜਿਵੇਂ ਉਹ ਤਾਂ ਮਰ ਗਿਆ, ਦੂਆ ਬੰਦਾ ਤਾਂ ਮਰ ਗਿਆ ਯਾਰ, ਉਹ ਤਾਂ ਮਰ ਗਿਆ। ਤੁਸੀਂ ਬਾਹਰ ਨਿਕਲੋ ਫਟਾਫਟ ਜੀ। ਦੇਖੋ ਕੋਈ ਦੱਸ ਦੂ ਦੇਖ ਯਾਰ, ਪੈਸਾ ਫੋਨ ਕਰੋ ਯਾਰ।